ਹੈਲੋ ਸਟੂਡੈਂਟ, ਕਿਵੇਂ ਹੋ ਸਾਰੇ? ਆਈ ਹੋਪ ਕਿ ਆਲ ਆਰ ਗੁੱਡ ਐਂਡ ਫਾਈਨ। ਤਾਂ ਰਾਜੇ, ਗੱਲ ਆਪਾਂ ਸੈਸ਼ਨ ਫਸਟ ਕਵਰ ਕੀਤਾ ਸੀ, ਯੂਨਿਟ ਫਸਟ ਦਾ। ਅੱਜ ਆਪਾਂ ਸੈਸ਼ਨ ਟੂ ਕਵਰ ਕਰਾਂਗੇ, ਸੰਕਲਪ ਬਣਾਉਣਾ, ਮੇਕਿੰਗ ਰੈਜ਼ੋਲੂਸ਼ਨਸ। ਸੰਕਲਪ ਬਣਾਉਣਾ ਮਤਲਬ ਕੋਈ ਵਾਅਦਾ ਕਰਨਾ ਆਪਣੇ ਆਪ ਦੇ ਨਾਲ ਜਾਂ ਕਿਸੇ ਹੋਰ ਦੇ ਨਾਲ। ਜਿਵੇਂ ਅਸੀਂ ਆਪਣੇ ਆਪ ਦੇ ਨਾਲ ਕੋਈ ਪ੍ਰੋਮਿਸ ਕਰਦੇ ਹਾਂ ਕਿ ਮੈਂ ਅੱਛੇ ਨੰਬਰ ਲੈ ਕੇ ਪਾਸ ਹੋਵਾਂਗਾ, ਜਾਂ ਮੈਂ ਅੱਜ ਤੋਂ ਬਾਅਦ ਕਦੇ ਗੁੱਸਾ ਨਹੀਂ ਕਰਾਂਗਾ, ਜਾਂ ਫਿਰ ਮੈਂ ਅੱਛੀ ਨੌਕਰੀ ਲਵਾਂਗਾ ਚੰਗੀ ਮਿਹਨਤ ਕਰਕੇ, ਜਾਂ ਮੈਂ ਮੋਬਾਈਲ ਘੱਟ ਯੂਜ ਕਰਾਂਗਾ। ਤਾਂ ਐਸਾ ਕੋਈ ਵੀ ਪ੍ਰੋਮਿਸ ਕਰਦੇ ਹੋ ਆਪਣੇ ਨਾਲ ਜਾਂ ਕਿਸੇ ਹੋਰ ਦੇ ਨਾਲ, ਤਾਂ ਉਸਨੂੰ ਅਸੀਂ ਸੰਕਲਪ ਬਣਾਉਣਾ ਕਹਿੰਦੇ ਹਾਂ। ਤਾਂ ਬੁੱਕ ਦੇ ਵਿੱਚ ਦਿੱਤੇ ਕੁਛ ਵਾਕ ਆਪਾਂ ਪੜ੍ਹਦੇ ਹਾਂ। ਜਿਵੇਂ ਫਸਟ ਸੈਂਟੈਂਸ ਆ, ਆਈ ਵਿਲ ਨੈਵਰ ਲੂਜ਼ ਮਾਈ ਟੈਂਪਰ ਅਗੇਨ, ਵੀ ਮੈਂ ਕਦੇ ਗੁੱਸਾ ਨਹੀਂ ਕਰਾਂਗਾ। ਆਈ ਵਿਲ ਟਰਾਈ ਟੂ ਸਟੱਡੀ ਹਾਰਡ, ਵੀ ਮੈਂ ਅੱਛੀ ਪੜ੍ਹਾਈ ਕਰਕੇ ਫਸਟ ਡਿਵੀਜ਼ਨ ਨਾਲ ਪਾਸ ਹੋਵਾਂਗਾ। ਆਈ ਵਿਲ ਟੋਕ ਲੈਸ ਔਨ ਮਾਈ ਮੋਬਾਈਲ, ਵੀ ਮੈਂ ਫੋਨ 'ਤੇ ਘੱਟ ਗੱਲ ਕਰਾਂਗਾ। ਆਈ ਵਿਲ ਹੈਲਪ ਮਦਰ, ਆਈ ਵਿਲ ਗੈਟ 95% ਇਨ ਮੈਥ ਦਿਸ ਈਅਰ, ਆਈ ਵਿਲ ਲਰਨ ਟੂ ਸਪੀਕ ਪ੍ਰੋਪਰਲੀ ਇਨ ਇੰਗਲਿਸ਼। ਹੁਣ ਦੇਖੋ, ਇਹਨਾਂ ਵਾਕਾਂ ਦੇ ਵਿੱਚ ਤੁਸੀਂ ਇੱਕ ਕੋਮਨ ਚੀਜ਼ ਨੋਟ ਕੀਤੀ ਹੈ ਕਿ ਇਹਨਾਂ ਸਾਰਿਆਂ ਦੇ ਵਿੱਚ ਵਿਲ ਲੱਗਿਆ ਹੋਇਆ, ਵਿਲ ਐਂਡ ਵਰਬ ਦੀ ਫਸਟ ਫੋਰਮ। ਤਾਂ ਜਦੋਂ ਆਪਾਂ ਕੋਈ ਵੀ ਸੰਕਲਪ ਬਣਾਉਂਦੇ ਹਾਂ ਤਾਂ ਅਸੀਂ ਵਿਲ ਦੇ ਨਾਲ ਫਸਟ ਫੋਰਮ ਦੀ ਵਰਤੋਂ ਕਰਦੇ ਹਾਂ। ਕਹਿਣ ਦਾ ਮਤਲਬ ਹੈ ਸਿੰਪਲ ਫਿਊਚਰ ਟੈਂਸ ਦੀ ਵਰਤੋਂ ਕਰਾਂਗੇ। ਕਲੀਅਰ? ਜਿਵੇਂ ਸਾਧਾਰਨ ਭਵਿੱਖਕਾਲ ਸਿੰਪਲ ਫਿਊਚਰ ਟੈਂਸ ਦੀ ਵਰਤੋਂ ਕਰਕੇ ਹੀ ਆਪਾਂ ਕੋਈ ਵੀ ਪ੍ਰੋਮਿਸਿਸ ਕਰਨੀਆਂ ਹੋਣ, ਤਾਂ ਇਹਨਾਂ ਟੈਂਸਿਸ ਦੀ ਵਰਤੋਂ ਨੂੰ ਵਿੱਚ ਲਿਆ ਕੇ ਆਪਾਂ ਸੈਂਟੈਂਸ ਬਣਾ ਸਕਦੇ ਹਾਂ ਅਤੇ ਆਪਣੀ ਗੱਲ ਕਹਿ ਸਕਦੇ ਹਾਂ। ਤਾਂ ਸੈਂਟੈਂਸ ਬਣਾਉਣ ਦੇ ਲਈ ਆਪਾਂ ਰੂਲਸ ਦੇਖ ਲੈਂਦੇ ਹਾਂ ਸਿੰਪਲ ਫਿਊਚਰ ਟੈਂਸ ਦੇ, ਵਿਲ, ਸ਼ੈਲ ਐਂਡ ਵਰਬ ਦੀ ਫਸਟ ਫੋਰਮ। ਹੁਣ ਆਪਣੇ ਕੋਲ ਦੋ ਸੈੱਟ ਦਿੱਤੇ ਹੋਏ ਆ, ਇਹਨਾਂ ਦੋਵਾਂ ਸੈੱਟਸ ਦੇ ਵਿੱਚ ਆਪਾਂ ਡਿਫਰੈਂਸ ਦੇਖ ਰਹੇ ਹਾਂ। ਜਿਵੇਂ ਉਰੇ ਮੈਂ ਥੋੜ੍ਹੇ ਥੋੜ੍ਹੇ ਪੜ੍ਹ ਦਿੰਦਾ ਤੁਹਾਡੇ ਲਈ। ਆਈ ਵਿਲ ਟਰਾਈ, ਆਈ ਵਿਲ ਟਰਾਈ, ਆਈ ਵਿਲ ਲਰਨ, ਆਈ ਵਿਲ ਐਕਸਰਸਾਈਜ਼, ਆਈ ਵਿਲ ਨੋਟ ਕੈਰੀ, ਆਈ ਵਿਲ ਕੀਪ। ਹੁਣ ਦੇਖੋ, ਸੈੱਟ ਫਸਟ ਦੇ ਵਿੱਚ ਸਾਰੇ ਹੀ ਟੈਂਸਿਸ ਜੋ ਹੈ, ਸੈਂਟੈਂਸ ਹੈ, ਉਹ ਸਾਰੇ ਫਿਊਚਰ ਸਿੰਪਲ ਦੇ ਵਿੱਚ ਬਣੇ ਹੋਏ ਆ, ਬਟ ਸੈੱਟ ਬੀ ਦੇ ਵਿੱਚ ਜਿੰਨੇ ਵੀ ਟੈਂਸਿਸ ਆਪਾਂ ਨੂੰ ਦਿੱਤੇ ਹੋਏ ਆ ਉਹ ਸਿੰਪਲ ਪ੍ਰੈਜੈਂਟ ਦੇ ਵਿੱਚ ਹੈ। ਤਾਂ ਕਹਿਣ ਦਾ ਮਤਲਬ ਹੈ ਕਿ ਇਹ ਵਾਲੇ ਸੈੱਟ ਆਪਾਂ ਸਿੰਪਲ ਫਿਊਚਰ ਦੇ ਵਿੱਚ ਯੂਜ਼ ਕਰ ਰਹੇ ਹਾਂ ਜਦੋਂ ਅਸੀਂ ਕੋਈ ਵੀ ਸੰਕਲਪ ਬਣਾਉਣਾ ਹੋ। ਦੂਜਾ ਸੈੱਟ ਅਗਰ ਆਪਾਂ ਦੇਖੀਏ ਤਾਂ ਇਸ ਦੇ ਵਿੱਚ ਆਪਾਂ ਯੂਜ਼ ਕਰ ਰਹੇ ਹਾਂ ਸਿੰਪਲ ਪ੍ਰੈਜੈਂਟ। ਕਹਿਣ ਦਾ ਭਾਵ ਹੈ ਕਿ ਚੱਲ ਰਹੇ ਕੰਮ ਨੂੰ ਜਾਂ ਐਕਸ਼ਨਸ ਨੂੰ ਦਰਸਾਉਣਾ ਹੋਵੇ ਤਾਂ ਸਿੰਪਲ ਪ੍ਰੈਜੈਂਟ ਦੀ ਵਰਤੋਂ ਕਰਦੇ ਹਾਂ। ਹੁਣ ਅੱਜ ਮੈਂ ਤੁਹਾਡੇ ਨਾਲ ਅਸੈਸਮੈਂਟ ਸ਼ੇਅਰ ਕਰ ਦਿੱਤੀ ਸੀ ਅਤੇ ਇੱਕ ਇੱਕ ਆਂਸਰ ਲਿਖਣ ਨੂੰ ਕਿਹਾ ਸੀ, ਆਂਸਰ ਵੀ ਦੇ ਦਿੱਤੇ ਸੀ। ਪਰ ਬੁੱਕ ਦੇ ਵਿੱਚ ਆਪਣੇ ਕੋਲ 3 ਆਂਸਰ ਹਨ, ਆਪਾਂ ਸਿਰਫ ਇੱਕ ਸਹੀ ਲਿਖਣਾ ਹੈ। ਹੁਣ ਦੇਖੋ, ਸਿੰਪਲ ਫਿਊਚਰ ਬਣਾਉਣੇ ਹੈ ਸੈਂਟੈਂਸਿਸ ਆਪਾਂ, ਤਾਂ ਆਪਾਂ ਨੂੰ ਕੁਐਸਚਨ ਗਿਵਨ ਆਈ ਡਿਡ ਨੋਟ ਸਮੋਕ, ਵਰਬ ਲੱਭਣੀ ਹੈ ਸਭ ਤੋਂ ਪਹਿਲਾਂ। ਤਾਂ ਡਿਡ ਹੈਲਪਿੰਗ ਵਰਬ ਹੈ ਅਤੇ ਸਮੋਕ ਆਪਣੇ ਕੋਲ ਵਰਬ ਹੈ, ਮੇਨ ਵਰਬ ਹੈ। ਤਾਂ ਡਿਡ ਦੀ ਥਾਂ 'ਤੇ ਵਿਲ ਸਮੋਕ ਐਜ ਇਟ ਇਜ਼ ਰਹੇਗਾ, ਫਸਟ ਫੋਰਮ ਲੱਗੇਗੀ। ਤਾਂ ਆਈ ਵਿਲ ਨੋਟ ਸਮੋਕ ਸਹੀ ਆਂਸਰ ਹੈ। ਇਹ ਗਲਤ ਹੈ ਕਿਉਂਕਿ ਸਮੋਕ ਦੇ ਨਾਲ ਆਈ ਐਨ ਜੀ ਲੱਗਿਆ ਹੋਇਆ ਅਤੇ ਥਰਡ ਫੋਰਮ ਹੈ। ਉਸੇ ਤਰੀਕੇ ਨਾਲ ਨੈਕਸਟ ਦੇਖਦੇ ਹਾਂ, ਆਈ ਵਿਲ ਐਕਸਰਸਾਈਜ਼ਡ ਗਲਤ ਹੈ, ਸੀ ਆਪਸ਼ਨ ਸਹੀ ਹੈ ਇਸਦੀ। ਆਈ ਓਪਨ, ਆਈ ਵਿਲ ਓਪਨ, ਇਹ ਆਪਸ਼ਨ ਸਹੀ ਹੈ, ਬਾਕੀ ਗਲਤ ਹੈ। ਥਰਡ ਫੋਰਮ ਲੱਗੀ ਹੋਈ ਆ ਉਰੇ, ਉਰੇ ਆਪਣੇ ਕੋਲ ਆਈ ਐਨ ਜੀ ਲੱਗਿਆ ਹੋਇਆ। ਉਸ ਤੋਂ ਬਾਅਦ ਹੈ ਦਾ ਪ੍ਰੈਜੀਡੈਂਟ ਐਂਡ ਹਿਜ਼ ਵਾਈਫ ਵਿਲ, ਹਿਜ਼ ਵਾਈਫ ਰੇਜ਼ਡ ਫੰਡ, ਤਾਂ ਵਿਲ ਰੇਜ਼ ਆਏਗਾ। ਉਸ ਤੋਂ ਬਾਅਦ ਆਈ ਸਟਿਕ ਟੂ ਮਾਈ ਰੈਜ਼ੋਲੂਸ਼ਨ, ਆਈ ਵਿਲ ਸਟਿਕਿੰਗ ਗਲਤ ਹੈ, ਆਈ ਵਿਲ ਸਟਿਕ ਸਹੀ ਹੈ, ਆਈ ਵਿਲ ਸਟਕ ਗਲਤ ਹੈ। ਬਾਕੀ ਦੇ ਜਿਹੜੇ ਰਹਿ ਗਏ ਆ ਉਹ ਤੁਸੀਂ ਖੁਦ ਕਰ ਲਿਓ, ਆਨਸਰ ਮੈਂ ਤੁਹਾਨੂੰ ਸ਼ੇਅਰ ਕਰ ਦਿੱਤੇ ਹਾਂ। ਆਈ ਹੋਪ ਕਿ ਸੈਸ਼ਨ ਤੁਹਾਨੂੰ ਸਮਝ ਆ ਗਿਆ ਹੋਵੇਗਾ। ਥੈਂਕਸ ਐਂਡ ਹੈਵ ਅ ਨਾਈਸ ਡੇ। ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਸੋ ਡੈਟ ਆਪਾਂ ਨੈਕਸਟ ਵੀਡੀਓਜ਼ ਹੋਰ ਅੱਛੀ ਬਣਾ ਸਕੀਏ। ਅਤੇ ਬਾਕੀ ਸਟੂਡੈਂਟਸ ਨਾਲ ਸ਼ੇਅਰ ਕਰੋ ਇਸ ਵੀਡੀਓ ਨੂੰ। ਥੈਂਕ ਯੂ।